ਦੇਸ਼ ਦੀਆਂ ਸਰਕਾਰਾਂ ਤੇ ਸਮਾਜ ਸੇਵੀ ਜਥੇਬੰਦੀਆਂ ਚਾਹੇ ਬਾਲ ਵਿਵਾਹ ਦੇ ਖਿਲਾਫ ਜਿੰਨੀ ਮਰਜ਼ੀ ਸਖਤੀ ਕਰ ਲਵੇ, ਪਰ ਹਿੰਦੁਸਤਾਨ ਵਿਖੇ ਅੱਜ ਵੀ ਕਈ ਸੂਬੇ ਅਜਿਹੇ ਨੇ ਜਿੱਥੇ ਲੋਕਾਂ ਵੱਲੋਂ ਸਰਕਾਰੀ ਹੁਕਮਾਂ ਦੀ ਪਰਵਾਹ ਕੀਤੇ ਬਿਨਾਂ ਨਾਬਾਲਗ ਬੱਚਿਆਂ ਦਾ ਵਿਆਹ ਕੀਤਾ ਜਾ ਰਿਹਾ ਹੈ, ਜਿਸ ਦੇ ਚਲਦੇ ਜਿਹੜੀ ਉਮਰ ਇਹਨਾਂ ਬੱਚਿਆਂ ਦੀ ਖੇਡਣ ਦੀ ਹੁੰਦੀ ਹੈ, ਉਸ ਉਮਰੇ ਇਹ ਬੱਚੀਆਂ ਮਾਂ ਬਣ ਜਾਂਦੀਆਂ ਨੇ ਅਤੇ ਇਸ ਵਜ੍ਹਾ ਨਾਲ ਇਹਨਾਂ ਬੱਚਿਆਂ ਦਾ ਬਚਪਨ ਗੁੰਮ ਹੋ ਕੇ ਰਹਿ ਜਾਂਦਾ ਹੈ। ਅਜਿਹਾ ਇੱਕ ਮਾਮਲਾ ਜ਼ਿਲ੍ਹਾ ਪਠਾਨਕੋਟ ਦੇ ਸਿਵਲ ਹਸਪਤਾਲ ਵਿਖੇ ਵੀ ਵੇਖਣ ਨੂੰ ਮਿਲਿਆ, ਜਿੱਥੇ 16 ਸਾਲਾ ਇੱਕ ਨਾਬਾਲਗ ਬੱਚੀ ਵੱਲੋਂ ਇੱਕ ਬੱਚੇ ਨੂੰ ਜਨਮ ਦਿੱਤਾ ਗਿਆ, ਜਿਸ ਦਾ ਵਿਆਹ ਉਸ ਦੇ ਪਰਿਵਾਰ ਵੱਲੋਂ 15 ਸਾਲ ਦੀ ਉਮਰ ਵਿੱਚ ਕਰ ਦਿੱਤਾ ਗਿਆ ਸੀ। ਸਿਵਲ ਹਸਪਤਾਲ ਵਿੱਚ ਹੋਈ ਬੱਚੇ ਦੀ ਡਿਲੀਵਰੀ ਦੇ ਚਲਦੇ ਜਦ ਬੱਚੀ ਦੇ ਰਿਸ਼ਤੇਦਾਰਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਬੱਚੀ ਦਾ ਜਨਮ 2003 ਦਾ ਹੈ ਅਤੇ ਵਿਆਹ ਹੋਣ ਦੇ ਬਾਅਦ ਅੱਜ ਉਹ ਹਸਪਤਾਲ ਵਿਖੇ ਡਿਲੀਵਰੀ ਲਈ ਆਏ ਹੋਏ ਹਨ। ਜਿਸ ਲੜਕੀ ਕੋ ਬੱਚਾ ਹੋਇਆ, ਕੀ ਲੱਗਦੀ ਹੈ ਆਪਕੋ? ਕਿਤਨਾ ਉਮਰ ਹੈ ਉਸਕਾ? 2003 ਕਾ ਬਰਥ ਹੈ ਉਸਕਾ? 2003 ਤੋ ਕਿਤਨਾ ਉਮਰ ਹੁਆ ਉਸਕਾ? 16 ਤੋ ਸ਼ਾਦੀ ਹੋ ਗਿਆ ਉਸਕਾ? ਹਾਂ ਜੀ। ਕੌਣ ਲੜਕਾ ਹੈ ਜਿਸਕੇ ਸਾਥ ਸ਼ਾਦੀ ਹੁਆ? ਵੋ ਮੇਰਾ ਭਤੀਜਾ ਹੈ। ਇਸ ਸਬੰਧੀ ਜਦ ਸਿਵਲ ਹਸਪਤਾਲ ਦੇ ਡਾਕਟਰਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਬੀਤੀ ਰਾਤ ਉਹਨਾਂ ਕੋਲ ਇੱਕ ਡਿਲੀਵਰੀ ਕੇਸ ਆਇਆ ਸੀ, ਜਿਸ ਵਿੱਚ ਬੱਚੀ ਦੀ ਉਮਰ ਕਰੀਬ 16 ਸਾਲ ਸੀ। ਹਸਪਤਾਲ ਦੇ ਮਾਹਰਾਂ ਵੱਲੋਂ ਡਿਲੀਵਰੀ ਕੇਸ ਕਰ ਦਿੱਤਾ ਗਿਆ ਹੈ। ਮਾਂ ਅਤੇ ਬੱਚਾ ਦੋਹਾਂ ਦਾ ਇਲਾਜ ਚੱਲ ਰਿਹਾ ਹੈ। ਸਰ, ਰਾਤ ਨੂੰ ਇੱਕ 16 ਸਾਲ ਦੀ ਕੁੜੀ ਆਈ ਸੀ, ਮੈਰਿਡ ਹੀ, ਇੱਕ ਬੇਬੀ ਹੋਇਆ, ਜੋ ਬੇਬੀ ਔਰ ਮਾਂ ਦੋਨੋਂ ਹੀ ਠੀਕ ਠਾਕ ਨੇ ਅਤੇ ਉਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ।